ਤੇਰੇ ਕੋਲ ਦੇ ਕੋਈ ਜੇਬ ਕਤਰਾ ਵੀ ਕੇਸ ਨਹੀਂ ਲਵਾਉਂਦਾ ਆਪਣਾ, ਤੇ ਆ ਮੇਰੀ ਜਿਹੜੀ ਜੇਬ ਮੇਰੇ ਘਰ 'ਚ ਹੀ ਕਤਰੀ ਜਾ ਰਹੀ ਆ, ਇਹਦਾ ਕੇਸ ਕਿੱਥੇ ਲਵਾਵਾਂ? ਇਹਦਾ ਕੇਸ ਮੇਰੇ ਤੇ ਪਾਉਣਾ ਤੁਸੀਂ? ਮੈਂ ਕਿਹੜਾ ਜੂਆ ਖੇਡਦੀ ਆ, ਘਰ ਦੇ ਖਰਚੇ ਕਰਦੀ ਆ, ਆਪ ਦੇ ਦਿਆ ਕਰੋ ਗਿਣ ਗਿਣ ਕੇ। ਹਾਂ ਹਾਂ ਮੇਰੀ ਫੁੱਲ ਚੜੀਏ, ਤੂੰ ਹੁਕਮ ਤੇ ਕਰ। 3500 ਰੁਪਇਆ ਦੋ ਦੋਧੀ ਨੂੰ। ਲੈ ਆ ਫੜ, ਆ ਨਾਲੇ ਪਰਚੂਨ ਵਾਲੇ ਦਾ ਦੋ। ਅੱਛਾ ਆ ਲੈ, ਬਿਜਲੀ ਦੇ ਬਿੱਲ ਦਾ ਵੀ ਦੋ। ਓ ਲੈ ਵੀ, ਆ ਪ੍ਰੈਸ ਵਾਲੇ ਦਾ ਵੀ ਦੋ। ਆ ਫੜ। ਹੋਰ ਮੈਂ ਤੇਰੇ ਕੋਲੋਂ ਕੁਛ ਨਹੀਂ ਮੰਗਦੀ, ਐਸ਼ ਕਰੋ। ਆ ਜਿੰਨੀ ਰਕਮ ਬਚਦੀ ਆ ਨਾ, ਉਹ ਸਾਰੀ ਤੇਰੀ। ਵਾਓ ਮੇਰੀ ਫੁੱਲ ਚੜੀਏ, ਆ ਲੈ ਦੇ ਕੇ 4000 ਵਜਦਾ। ਗੱਲ ਤੇ ਇਦਾਂ ਕਰਦੀ ਆ ਕਿ ਐਸ਼ ਕਰੋ, ਜਿਹਦਾ 1-1.5 ਲੱਖ ਮੈਨੂੰ ਫੜਾ ਗਈ ਹੋਵੇ। ਇੱਕ ਤੇ ਇਹਦੇ ਭਰਾਵਾਂ ਦੇ ਪੈਸੇ ਦਾ ਹਿਸਾਬ ਆ, ਉਹਦੇ ਨਾ ਖੂਹ ਦੀ ਮਿੱਟੀ ਖੂਹ 'ਚ ਹੀ ਲੱਗ ਜਾਂਦੀ ਆ, ਉਹ ਗੱਲ ਆ। ਅਤੇ ਦੂਜੀ, ਇਹ ਭੈਣ ਵੀ ਆਪਣੇ ਭਰਾਵਾਂ ਦੀ ਦੁਸ਼ਮਣਾ, ਉਹਨਾਂ ਦਾ ਕਰਜ਼ਾ ਲੱਥਣੀ ਨਹੀਂ ਦਿੰਦੇ। ਹੁਣ ਮੈਂ ਜੇ ਹਿਸਾਬ ਲਾਵਾਂ ਨਾ, ਤਾਂ ਅਜੇ ਵੀ ਇਹਦੇ ਭਰਾਵਾਂ ਵੱਲ ਜਿਹੜਾ ਨਾ 13,00,000 ਤੇ 18,000 ਅਜੇ ਵੀ ਵੱਜਦੇ ਆ। ਇਹ ਨਹੀਂ ਆਪਣੇ ਭਰਾਵਾਂ ਦਾ ਕਰਜ਼ਾ ਲੱਥਣ ਦਿੰਦੀ। ਵਾਰੀ ਫੁੱਲ ਝੜੀਏ। ਸਰਦਾਰ ਸਾਹਿਬ, ਵਿਚੋਲਾ ਤਾਂ ਕਹਿੰਦਾ ਸੀਗਾ ਪਿੰਡ ਦੇ ਅੰਦਰ ਵੜਦੇ ਹੀ ਘਰ, ਪਰ ਚੂਨਾ ਤਾਂ ਇਹਨਾਂ ਨੇ ਫਿਰ ਨਹੀਂ ਦੇ ਸੱਜੇ ਪਾਸੇ ਪਾਇਆ। ਮੇ ਬੀ ਉਹਨਾਂ ਨੇ ਘਰ ਨਾ ਰੱਖਿਆ ਹੋਵੇ ਪ੍ਰੋਗਰਾਮ, ਸਪੈਸ਼ਲ ਗੈਸਟ ਨੂੰ ਮਿਲਣ ਲਈ ਸਮ ਸਪੈਸ਼ਲ ਪਲੇਸਿਸ ਦਾ ਸਕੂਲ। ਜੀਜਾ ਜੀ ਹਜੇ ਉਤਰਾ ਜੀਜਾ ਬਣਿਆ ਨਹੀਂ, ਨਾਲੇ ਵੇਖ ਚਾਕ ਕੇ ਹਾਂ ਕਰਾਂਗੇ। ਤੂੰ ਉੱਥੇ ਜਾ ਕੇ ਆਪਣੀ ਲੁਤਰੀ ਘੱਟ ਚਲਾਈ। ਓਹੋ ਮੋਮ, ਕਰ ਦਿੱਤੇ ਨਾ ਤੁਸੀਂ ਮੇਰਾ ਵਲੌਗ ਖਰਾਬ, ਨਾਲੇ ਵਾਟ ਡੂ ਯੂ ਮੀਨ ਬਾਈ ਲੁਤਰੀ? ਲੁਤਰੀ ਮਤਲਬ ਜ਼ਬਾਨ, ਜਿਹੜੀ ਤੇਰੇ ਕੈਂਚੇ ਵਾਂਗੂ ਚੱਲਦੀ ਹੈ। ਨੀਨਾ ਦੇ ਰਿਸ਼ਤੇ ਦੀ ਗੱਲ ਤੁਰ ਵੀ ਪਈ, ਕੱਲ ਨੂੰ ਤੈਨੂੰ ਕਿੱਦਾਂ ਵਿਆਹਣਾ ਮੈਨੂੰ ਤਾਂ ਇਹੋ ਫਿਕਰ ਖਾਈ ਜਾਂਦੀ। ਦੇਖ ਲਓ ਡੈਡ, ਫਿਰ ਸ਼ੁਰੂ ਹੋ ਗਏ ਮੋਮ। ਯੂ ਪ੍ਰੋਮਿਸਡ ਮੀ ਕਿ ਜਦੋਂ ਤੱਕ ਮੇਰਾ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਖਤਮ ਨਹੀਂ ਹੁੰਦਾ, ਨੋ ਮੈਰਿਜ ਟੋਟੌਕਸ ਐਂਡ ਆਲ। ਉਹ ਠੀਕ ਆ, ਨਹੀਂ ਕਰਦੇ ਕੋਈ ਤੇਰੇ ਵਿਆਹ ਦੀ ਗੱਲ, ਪਰ ਇੱਥੇ ਉਪਰੇ ਕਰ, ਠੀਕ ਤਰੀਕੇ ਨਾਲ ਰਹੀਂ ਤੂੰ ਵੀ। ਪਹਿਲਾਂ ਆਪਣਾ ਮੋਬਾਈਲ ਬੰਦ ਕਰ। ਸਰਦਾਰ ਜੀ ਸੱਜੇ ਮੋੜਨਾ। ਹਾਂ ਉਹ ਜਿੱਧਰ ਨੂੰ ਚੂਨਾ ਪਾਇਆ ਉੱਧਰ ਨੂੰ ਹੀ ਸਹੀ, ਨਹੀਂ ਤਾਂ ਪਿੰਡ ਦੀ ਫਿਰਨੀ ਤੋਂ ਘੁੰਮ ਕੇ ਆਪਾਂ ਫਿਰ ਵਾਪਸ ਆ ਜਾਵਾਂਗੇ। ਸਟਾਪ ਸਟਾਪ ਸਟਾਪ, ਰੋਕਿਓ ਡਰਾਈਵਰ। ਸੋ ਬਿਊਟੀਫੁਲ ਹਾਊਸ, ਮੈਂ ਹੁਣੇ ਰੀਲ ਬਣਾ ਕੇ ਆਉਂਦੀ ਆ, ਤੁਸੀਂ ਮੇਰਾ ਵੇਟ ਕਰਿਓ। ਮੰਮਾ ਹੁਣ ਖੜੇ ਰਹੋ 15 ਮਿੰਟ ਇੱਥੇ ਹੀ, ਤੁਸੀਂ ਸਿਰੇ ਚੜਾਈਏ ਅਕੇ ਫੈਸ਼ਨ ਡਿਜ਼ਾਈਨਰ ਕੋਰਸ ਕਰਾਣਾ ਆਪਣੀ ਧੀ ਨੂੰ। ਖੰਡ ਪਾਈ ਹੈ ਕਿ ਨਹੀਂ ਪਾਈ? ਮੈਨੂੰ ਲੱਗਦਾ ਨਹੀਂ ਪਾਈ। ਹਾਏ ਮੇਰੀ ਬਿੱਲੋ ਨੀ, ਹਾਏ ਮੇਰੀ ਬਿੱਲ। ਓਏ ਮੈਨੂੰ ਲੱਗਦਾ 2 ਵਾਰੀ ਪਾਤੀ। ਚੱਲ ਫਿਰ ਕੀ ਹੋਇਆ, ਸਾਡੇ ਘਰੇ ਕਿਹੜਾ ਕਿਸੇ ਨੂੰ ਸ਼ੂਗਰ ਆ? ਸਿਕੰਦਰ ਭਾਜੀ ਮੇਰਾ ਫੋਨ ਦੇਖਿਆ ਕਿਤੇ? ਓਏ ਆਹੋ ਯਾਰ ਘੜੇ ਤੋਂ ਲਿਆ, ਪਰ ਇੱਥੇ ਇੱਕੋ ਗਾਣਾ ਵੱਜੀ ਜਾਂਦੇ ਆ, ਉਹ ਵੀ 2 ਲੈਣਾ ਵੱਜ ਕੇ ਬੰਦ ਹੋ ਜਾਂਦਾ। ਉਹ ਭਾਜੀ ਉਹ ਗਾਣਾ ਨੀ, ਉਹ ਰਿੰਗ ਟਿਊਨ ਆ, ਤੁਸੀਂ ਚੱਕਿਆ ਤਾਂ ਨੀ ਫੋਨ? ਨਹੀਂ ਮੈਂ ਕੋ ਚੁੱਕੂੰਗਾ। ਲੈ ਫਿਰ ਆ ਗਈ, ਹਾਏ ਮੇਰੀ ਬਿੱਲੋ ਨੀ, ਹਾਏ ਮੇਰੀ ਬਿੱਲੋ।
ਕਾਲਜ ਚੋਂ ਲੇਟ ਹੋ ਰਿਹਾ ਨਾ। ਮੈਨੂੰ ਐ ਦੱਸੋ ਭਾਜੀ, ਤੁਸੀਂ ਚਾਹ ਕਿਉਂ ਬਣਾ ਰਹੇ ਹੋ? ਰਾਜੂ ਕਿੱਥੇ? ਪਤਾ ਨੀ ਯਾਰ ਕਿੱਥੇ ਮਰਿਆ ਸਵੇਰ ਦਾ, ਮੈਂ ਤਾਂ ਆਪ ਲੱਭੀ ਜਾਂਦਾ। ਮੈਨੂੰ ਲੱਗਦਾ ਮੋਟਰ ਤੇ ਗਿਆ ਹੋਣਾ। ਓ ਸਿਕੰਦਰ ਭਾਜੀ, ਸਿਕੰਦਰ ਭਾਜੀ, ਓ ਚਾਹ ਬਣੀ ਨੀ ਹਜੇ ਤੱਕ। ਓ ਬਾਪੂ ਜੀ ਚਾਹ ਉਡੀਕ ਰਹੇ ਨੇ ਯਾਰ। ਓ ਆ ਰਿਹਾ ਆ ਰਿਹਾ। ਓ ਛੇਤੀ ਕਰ ਲੋ ਯਾਰ। ਭਾਜੀ ਫਿਰ ਚਾਹ ਬਣਾ ਕੇ ਕੱਪੜੇ ਧੋ ਦਿਓ। Need some trendy music? Fair bus likes. Kudiyan di ahi sarkaar, chadiyan nu kafa karo.